ਰਹੀਆਂ ਹਾਲੇ ਨਵੀਆਂ ਬਣ ਨਹੀਂ ਰਹੀਆਂ ਕਿਉਂਕਿ ਟਾਈਮ ਨਹੀਂ ਲੱਗ ਰਿਹਾ। ਬਹੁਤ ਬੀਜੀ ਚੱਲ ਰਹੇ ਸੀ ਆਪਾਂ ਨਾ, ਕੰਮ ਤੇ ਬੀਜੀ ਸੀਗੇ, ਫਿਰ ਘਰੇ ਕੱਪੜੇ ਕੁੱਪੜੇ ਜ਼ਿਆਦਾ ਸੀ ਧੋਣ ਵਾਲੇ। ਸਭ ਵਧੀਆ ਜੀ, ਸਭ ਵਧੀਆ ਜੀ। ਹੋਰ ਫਿਰ ਤੁਸੀਂ ਸੁਣਾਓ ਕੀ ਹਾਲ ਆ? ਫਿਰ ਹੀ ਕਟਿੰਗ ਹੋਊ, ਅਸੀਂ ਕਟਿੰਗ ਤਾਂ ਕਰਾ ਲੈਣੀ ਅੱਜ। ਹਾਂਜੀ, ਪਾਰਟੀ ਪੂਰਟੀ ਜਾ ਰਹੀ, ਫਿਰ ਮੈਂ ਕਹੀ ਕਲਰ ਕਲਰ ਕਰਾ ਲਈਏ, ਕਲਰ ਕਲਰ ਲੈ। ਅੱਜ ਫਿਰ ਨੰਬਰ 1 ਤੋਂ ਸ਼ੁਰੂ ਕਰਦੇ ਹਾਂ। ਨੰਬਰ 2 ਨੰਬਰ ਓਏ ਹੋਏ, ਅੱਜ ਕੀ ਹੋ ਗਿਆ? ਸਾਰੀਆਂ ਕੁੜੀਆਂ ਆਈਆਂ, ਹਰਪ੍ਰੀਤ ਕੌਰ ਜੱਟੀ, ਸਿਮਰਨ ਕੌਰ, ਓਏ ਹੋਏ, ਸੁਰਬੀ ਸੁਰਬੀ, ਹਾਂ ਦੋ ਵਾਰੀ ਸੁਰਬੀ ਸੁਰਬੀ ਆਈ ਹੈ। ਉਹ 'ਚ ਸੁਰ ਵੀ ਤਾਂ ਹੋਣਾ ਚਾਹੀਦਾ ਕੋਈ, ਜੇ ਸੁਰ ਨਾ ਹੋਇਆ ਫੇਰ ਔਖਾ ਹੋ ਜਾਣਾ। ਜ਼ਿੰਦਗੀ ਸੌਖੀ ਆ, ਬਿਲਕੁਲ ਪੈ ਗਈ। ਅੱਛਾ, ਦੋਨੇ ਸੁਰ ਵੀ ਸੁਰ ਵੀ ਹੈ? ਹਾਂਜੀ ਹਾਂਜੀ, ਇੱਕੋ ਹੀ ਆ। ਕਿੰਨੀ ਮੋਟੀ ਹੋ ਗਈ ਸੁਰ ਵੀ? ਭਾਜੀ ਮੈਨੂੰ ਵੀ ਬੜਾ ਤੰਗ ਕਰਦੀ ਏ ਤੁਹਾਡੇ ਘਰ ਵਾਲੀ। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਅਸੀਂ ਦੋਨੋਂ ਪੂਰੀ ਦਾ ਵਿਆਹ ਦੇਖ ਲੈ। ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ। ਆ ਰਹੀ ਆ ਰਹੀ ਆ, ਆ ਗਈ ਆ ਗਈ ਆ ਗਈ। ਪਹੁੰਚਦੀ ਆ ਆਵਾਜ਼ ਦੀ ਕਲੀਅਰੈਂਸ ਕਰਾਉਣੀ ਪੈਂਦੀ ਪਹਿਲਾਂ। ਠੀਕ ਹੈ ਜੀ, ਠੀਕ ਹੈ। ਮੈਂ ਕਿਹਾ ਮੇਰੀ 35 ਸਾਲ ਦੀ ਉਮਰ ਰਹਿ ਗਈ ਹੈ। ਪੂਰੀ ਬੋਤਲ ਦੋ ਜਾਣੇ ਸੀ, ਦੋ ਜਾਣੇ। ਓਕੇ ਭਾਬੀ ਜੀ ਠੀਕ ਨੇ? ਜਵਾਨ ਕਿਹੜਾ ਬੰਦਾ, ਜਵਾਨ ਬੰਦਾ ਦਿਖਾਓ ਸਾਨੂੰ ਪਹਿਲਾਂ। ਜਵਾਨ ਬੰਦੇ ਮੇਰੇ ਪਾਪਾ ਜੀ ਨੇ। ਸੋਹਣਾ ਸਾਹਿਬ, ਲਵ ਯੂ ਲਵ ਯੂ ਲਵ ਯੂ ਲਵ ਯੂ। ਕੋਈ ਇੰਸਟਾਗ੍ਰਾਮ ਯੂਟਿਊਬਰ ਹੋਰ ਸਰ? ਭਾਬੀ ਜੀ ਠੀਕ ਨੇ? ਭਾਬੀ ਅੱਛਾ, ਹੋਰ ਖਾਣਾ ਖੁਣਾ ਖਾ ਲਿਆ?